ਅਸਲਾਮ ਅਲੈਕਮ ਪ੍ਰੋਗਰਾਮ ਹਰਿਆਲੀ ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਨਾਜ਼ਰੀਨ, ਕਿਹਾ ਜਾਂਦਾ ਕਿ ਚੰਗੀ ਖੁਰਾਕ ਚੰਗੀ ਸਿਹਤ ਦੀ ਜ਼ਮਾਨਤ ਨੇ, ਅਤੇ ਜਦੋਂ ਅਸੀਂ ਖੁਰਾਕ ਦਾ ਨਾਂ ਲੈਂਦੇ ਹਾਂ ਤਾਂ ਦੁੱਧ ਜਿਹੜਾ ਉਹ ਸਾਰੇ ਫਰਿਸ਼ਤ ਹੈ, ਦੁੱਧ ਇੱਕ ਨਿਮਤ ਹੈ, ਦੁੱਧ ਇੱਕ ਨੂਰ ਹੈ। ਅਤੇ ਇਹਦੇ ਵਾਸਤੇ ਡੇਅਰੀ ਫਾਰਮ ਹੁੰਦੇ ਨੇ, ਦੁੱਧ ਜਿੱਥੇ ਪੈਦਾ ਕੀਤਾ ਜਾਂਦਾ, ਬੜੇ ਬੜੇ ਸੋਹਣੇ ਜਾਨਵਰ ਜਿਹੜੇ ਨੇ ਉਹ ਦੁੱਧ ਦਿੰਦੇ ਨੇ, ਅਤੇ ਇਹ ਜਿਹੜੇ ਸੋਹਣੇ ਜਾਨਵਰ ਨੇ ਇਹਨਾਂ ਦੀ ਨਿਗਹਦਾਸ਼ ਜਿਹੜੀ ਹੈ ਉਹ ਇੱਕ ਸ਼ੋਭਾ ਹੈ ਮਹਿਕਮਾ ਲਾਈਫ ਸਟਾਕ ਐਂਡ ਡੇਅਰੀ ਡਿਵੈਲਪਮੈਂਟ। ਅਤੇ ਇਹਨਾਂ ਦਾ ਜਨਾਬ ਅੱਗੋਂ ਇੱਕ ਵਿੰਗ ਹੈਗਾ ਬਹਾਦਰ ਨਗਰ ਫਾਰਮ ਉਕਾੜਾ, ਅਤੇ ਇੱਥੇ ਦੇਖਾਂਗੇ ਕਿ ਕਿਹੜੀ ਕਿਹੜੀ ਕਿਸਮ ਦੇ ਕਿਹੜੀ ਕਿਹੜੀ ਨਸਲਾਂ ਦੇ ਜਾਨਵਰ ਨੇ ਔਰ ਉਹ ਕਿੰਨਾ ਚੰਗਾ ਦੁੱਧ ਦੇ ਰਹੇ ਨੇ। ਅਤੇ ਅਸੀਂ ਜਨਾਬ ਜਿਸ ਵੇਲੇ ਚੰਗਾ ਦੁੱਧ ਪੀਵਾਂਗੇ, ਖਾਲਸ ਦੁੱਧ ਪੀਵਾਂਗੇ, ਅਤੇ ਇੱਕ ਸਿਹਤਮੰਦ ਕੌਮ ਬਣਾਂਗੇ, ਅਤੇ ਸਿਹਤਮੰਦ ਕੌਮਾਂ ਹੀ ਅੱਗੇ ਵੱਧਦੀਆਂ। ਨਾਜ਼ਰੀਨ, ਇਸ ਵੇਲੇ ਅਸੀਂ ਬਹਾਦਰ ਨਗਰ ਫਾਰਮ ਉਕਾੜਾ ਦੇ ਵਿੱਚ ਮੌਜੂਦ ਹਾਂ, ਡਾਇਰੈਕਟਰ ਸਾਹਿਬ ਦੇ ਕੋਲ ਆਏ ਹਾਂ, ਡਾਕਟਰ ਮਹਿਮੂਦ ਇਜਾਜ਼ ਗੋਰਸੀ ਸਾਹਿਬ। ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਜਿਹੜਾ ਐਡਾ ਵੱਡਾ ਡੇਅਰੀ ਫਾਰਮ ਹੈ, ਅਕਸਰ ਛੋਟੇ ਬੱਚਿਆਂ ਦੀ ਕਿਤਾਬ 'ਚ ਪੜ੍ਹੋ ਨਾ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਡੇਅਰੀ ਫਾਰਮ ਕਿਹੜਾ ਹੈ, ਅਤੇ ਉਹਦੇ ਲਈ ਲਿਖਿਆ ਹੁੰਦਾ ਬਹਾਦਰ ਨਗਰ ਫਾਰਮ ਉਕਾੜਾ। ਅਤੇ ਜਨਾਬ, ਇਸ ਫਾਰਮ ਦੀ ਬਿਹਤਰੀ ਵਾਸਤੇ ਤੁਸੀਂ ਕੀ ਕਰ ਰਹੇ ਹੋ, ਔਰ ਅੱਜ ਅਸੀਂ ਜਿਹੜਾ ਖਾਸ ਤੁਹਾਡੇ ਨਾਲ ਗੱਲ ਕਰਨ ਆਏ ਹਾਂ ਉਹ ਹੈਗਾ ਡੇਅਰੀ ਫਾਰਮਿੰਗ, ਅਤੇ ਕਿਆ ਚੰਗੇ ਜਾਨਵਰ ਤੁਸੀਂ ਪੈਦਾ ਕਰ ਰਹੇ ਹੋ ਜਿਹੜੇ ਕਿ ਦੁੱਧ ਦੀ ਪੈਦਾਵਾਰ ਜ਼ਿਆਦਾ ਵਧਾਉਣ। ਤੁਹਾਡੀ ਫੀਡ ਮਿਲ ਵੀ ਅਸੀਂ ਵੇਖ ਆਏ ਹਾਂ, ਬੜਾ ਖੁਸ਼ੀ ਹੋਈ ਕਿ ਫੀਡ ਮਿਲ ਤੋਂ ਜਿਹੜੇ ਲੋਕ ਨੇ ਉਹ ਮੁਸਤਫੀਦ ਹੋ ਰਹੇ ਨੇ, ਦੁੱਧ ਦੀ ਪੈਦਾਵਾਰ ਵੱਧ ਰਹੀ ਹੈ ਔਰ ਗੋਸ਼ਤ ਵਾਲੇ ਜਾਨਵਰਾਂ ਦਾ ਗੋਸ਼ਤ ਵੱਧ ਰਿਹਾ। ਅਤੇ ਇਹ ਸਾਰੀ ਸੂਰਤ ਹਾਲ ਬਾਰੇ ਤੁਸੀਂ ਕੀ ਦੱਸੋਗੇ, ਅਤੇ ਆਵਾਮ ਵਾਸਤੇ ਖਾਸ ਤੌਰ 'ਤੇ ਮਵੇਸ਼ੀ ਪਾਲ ਭਰਾਵਾਂ ਵਾਸਤੇ ਤੁਸੀਂ ਹੋਰ ਕੀ ਕੁਛ ਕਰ ਰਹੇ ਹੋ? ਜੀ ਗੋਰਸੀ ਸਾਹਿਬ, ਸਭ ਤੋਂ ਪਹਿਲੇ ਮੈਂ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੀ ਟੀਮ ਨੂੰ ਡਾਇਰੈਕਟੋਰੇਟ ਆਫ ਲਾਈਫ ਸਟਾਕ ਪ੍ਰੋਡਕਸ਼ਨ ਰਿਸਰਚ ਇੰਸਟੀਚਿਊਟ ਬਹਾਦਰ ਨਗਰ ਖੁਸ਼ ਆਮਦੇਦ ਕਹਿੰਦਾ। ਇਹ ਇੱਕ ਕਦੀਮੀ ਅਦਾਰਾ ਵਾ ਜਿਹੜਾ ਵੈੱਲ ਨੋਨ ਆ ਪੂਰੀ ਦੁਨੀਆ ਦੇ ਵਿੱਚ, ਇਹਦੇ 'ਚ ਰਿਸਰਚ ਵਰਕ ਹੋ ਰਿਹਾ ਵਾ। ਇਸ ਤੋਂ ਇਲਾਵਾ ਅਸੀਂ ਬਰੀਡ ਕਨਜ਼ਰਵੇਸ਼ਨ ਦਾ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਖਾਲਸ ਸਾਹੀਵਾਲ ਨਸਲ ਦੀ ਬਰੀਡ ਜਿਹੜੀ ਆ ਉਹਨੂੰ ਅਸੀਂ ਕਨਜ਼ਰਵ ਕਰ ਰਹੇ ਹਾਂ, ਜਦਕਿ ਬਾਹਰ ਫੀਲਡ ਦੇ ਵਿੱਚ ਜਿਹੜੀ ਬਰੀਡ ਆ ਸਾਹੀਵਾਲ ਨੂੰ ਨਾਪੈਦ ਹੁੰਦੀ ਜਾ ਰਹੀ ਆ। ਗੈਰ ਮਿਆਰੀ ਕਰਾਸ ਦੀ ਵਜ੍ਹਾ ਤੋਂ ਬਾਹਰ ਫੀਲਡ ਦੇ ਵਿੱਚ ਗੈਰ ਮਿਆਰੀ ਜਾਨਵਰ ਪੈਦਾ ਹੋ ਰਹੇ ਨੇ, ਜਿਹਦੇ ਨਾਲ ਨਾ ਸਿਰਫ ਜਾਨਵਰਾਂ ਦੀ ਵਰਤ ਘੱਟਦੀ ਜਾ ਰਹੀ ਆ, ਉਹਨਾਂ ਦੀ ਮਿਲਕ ਪ੍ਰੋਡਕਸ਼ਨ 'ਤੇ ਵੀ ਅਸਰ ਪੈਂਦਾ ਜਾ ਰਿਹਾ। ਅਸੀਂ ਜਿਹੜੇ ਜਾਨਵਰ ਨੇ ਅਸੀਂ ਇਹਨਾਂ ਨੂੰ ਮਸਨੂਈ ਅਸਲ ਕਸ਼ੀ ਦੇ ਨਾਲ ਪ੍ਰੂਵਨ ਬੁੱਲਾਂ ਦਾ ਆਲਾ ਕੁਆਲਿਟੀ ਦਾ ਸੀਮਰ ਰੱਖਦੇ ਹਾਂ, ਉਹਦੇ ਨਾਲ ਕੁਆਲਿਟੀ ਬੱਚੇ ਪੈਦਾ ਹੁੰਦੇ ਨੇ। ਫਿਰ ਜਿਹੜੇ ਜਾਨਵਰ ਸਾਡੇ ਕੋਲ ਆਖਰੀ ਟ੍ਰਾਈਮੈਸਟਰ 'ਚ ਹੁੰਦੇ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਫੀਡਿੰਗ ਕਰਦੇ ਹਾਂ ਤਾਂ ਕਿ ਅੰਡਰ ਵੇਟ ਬੱਚੇ ਪੈਦਾ ਨਾ ਹੋਣ। ਇਹਦੇ ਵਿੱਚ ਇੱਕ ਗੌਰਮੈਂਟ ਨੇ ਇੱਕ SOPs ਰੱਖੇ ਨੇ, ਉਹ ਪੂਰੇ ਇੱਥੇ ਅਡਾਪਟ ਕੀਤੇ ਜਾਂਦੇ ਨੇ। ਉਹ ਤੋਂ ਇਲਾਵਾ ਟ੍ਰਾਈ ਆਫ ਸਟੈਪਸ ਦੇ ਤਹਿਤ ਬੱਚਿਆਂ ਦਾ DNA ਕੀਤਾ ਜਾਂਦਾ, ਦੇਖਿਆ ਜਾਂਦਾ ਵਾ ਵੀ ਆਇਆ ਇਹ ਉਸੇ ਸਾਹ ਦਾ ਬੱਚਾ ਵਾ ਜਾਂ ਕਿਸੇ ਹੋਰ ਦਾ ਵਾ। ਇਸ ਤੋਂ ਬਾਅਦ ਜਿਹੜੇ ਸਾਡੇ A+ ਮੇਲ, ਤਕਰੀਬਨ 50% ਮੇਲ ਅਤੇ 50% ਫੀਮੇਲ ਬੱਚੇ ਪੈਦਾ ਹੋ ਰਹੇ ਨੇ। ਜਿਹੜੇ A+ ਕੈਟਾਗਰੀ ਦੇ ਮੇਲ ਨੇ ਉਹ ਸੀਮਨ ਪ੍ਰੋਡਕਸ਼ਨ ਯੂਨਿਟ ਨੂੰ ਸਪਲਾਈ ਕੀਤੇ ਜਾ ਰਹੇ ਨੇ। ਉਹ ਜਿਹੜੀ ਕਮੇਟੀ ਪਾਸ ਕਰਦੀ ਆ, ਫਿਰ ਉਹਨਾਂ ਦੇ ਐਸਟੀਮੇਟਡ ਬਰੀਡਿੰਗ ਵੈਲਿਊ 'ਤੇ ਉਹਨਾਂ ਜਾਨਵਰਾਂ ਨੂੰ ਉਹਨਾਂ ਪਰਖ ਕੀਤੀ ਜਾਂਦੀ ਆ, ਫਿਰ ਉਹਨਾਂ ਦਾ ਬਾਡੀ ਸਕੋਰ ਦੇਖਿਆ ਜਾਂਦਾ ਵਾ, ਫਿਰ ਉਹਦੀ ਡੈਮ ਦਾ ਜਿਹੜੀ ਉਹਦੀ ਮਦਰ ਹੁੰਦੀ ਆ ਉਹਦਾ ਪੂਰੇ ਸੂਏ ਦਾ ਦੁੱਧ ਦੇਖਿਆ ਜਾਂਦਾ, ਫਿਰ ਉਹਦੀ ਖੂਬਸੂਰਤੀ ਦੇਖੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਬੱਚਾ ਉਹ A ਕੈਟਾਗਰੀ ਡਿਕਲੇਅਰ ਕੀਤਾ ਜਾਂਦਾ, ਫਿਰ ਸੀਮਨ ਪ੍ਰੋਡਕਸ਼ਨ ਯੂਨਿਟ 'ਤੇ ਉਹ ਬੱਚਿਆਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਜਿੱਥੇ ਉਹ ਆਪਣਾ ਸੀਮਨ ਦਿੰਦੇ ਨੇ। ਫਿਰ ਉਹਨਾਂ ਦੀਆਂ ਮੁਖਤਲਿਫ ਡੋਗਾਂ ਵੜ ਕੇ ਪੂਰੇ ਮੁਲਕ ਦੇ ਵਿੱਚ ਜਿੱਥੇ ਜਿੱਥੇ ਸਾਹੀਵਾਲ ਬਰੀਡ ਆ ਉਹਦੀ ਬੜੋਤਰੀ ਵਾਸਤੇ ਅਤੇ ਆਲਾ ਨਸਲ ਦੇ ਜਾਨਵਰ ਪੈਦਾ ਕਰਨ ਵਾਸਤੇ ਅਸੀਂ ਕਾਵਿਸ਼ ਕਰ ਰਹੇ ਹਾਂ। ਬਾਕੀ ਇਹ ਤੋਂ ਇਲਾਵਾ ਸਾਡੇ ਕੋਲ ਆਲਾ ਕਿਸਮ ਦੀ ਲੋਹੀ ਨਸਲ ਦੀ ਸ਼ੀਪ ਆ, ਉਹ ਸ਼ੀਪ ਜਿਹੜੀ ਡਿਜ਼ੀਜ਼ ਰਜਿਸਟੈਂਟ ਆ, ਬਹੁਤ ਖੂਬਸੂਰਤ ਜਾਨਵਰ ਆ, ਇਨਵਾਇਰਮੈਂਟ ਫਰੈਂਡਲੀ ਆ, ਥੋੜ੍ਹਾ ਬਹੁਤਾ ਖਾ ਕੇ ਚਰ ਕੇ ਅੱਛੀ ਪ੍ਰੋਡਕਸ਼ਨ ਦੇਣ ਵਾਲਾ ਜਾਨਵਰ ਆ। ਟੈਡੀ ਗੋਟ ਦੇ ਹਵਾਲੇ ਦੇ ਨਾਲ ਬਹਾਦਰ ਨਗਰ ਫਾਰਮ ਬਹੁਤ ਮਸ਼ਹੂਰ ਆ। ਟੈਡੀ ਗੋਟ ਬੇਸਿਕਲੀ ਬੰਗਲਾਦੇਸ਼ ਦੀ ਬਰੀਡ ਸੀਗੀ ਜਿਹੜੀ ਅਸੀਂ ਕਨਜ਼ਰਵ ਕੀਤੀ ਆ। ਸਾਡੇ ਤੋਂ ਇਲਾਵਾ ਬਾਹਰ ਪੂਰੇ ਮੁਲਕ ਦੇ ਵਿੱਚ ਕੋਈ ਵੀ ਬੰਦਾ ਇਹ ਕਲੇਮ ਨਹੀਂ ਕਰ ਸਕਦਾ ਕਿ ਮੇਰੇ ਕੋਲ ਖਾਲਸ ਟੈਡੀ ਨਸਲ ਮੌਜੂਦ ਆ। ਅਸੀਂ ਇੱਥੇ ਇਹ ਕਰ ਰਹੇ ਹਾਂ ਜਿਹੜੇ ਟੈਡੀ ਨਸਲ ਦੇ ਮੇਲ ਜਾਨਵਰ ਆ ਉਹਨਾਂ ਦੇ ਬਰੀਡਿੰਗ ਰੇਟ 'ਤੇ ਅਸੀਂ ਬਰੀਡਰਾਂ ਨੂੰ ਇਸ਼ੂ ਕਰ ਰਹੇ ਹਾਂ ਤਾਂ ਕਿ ਬਾਹਰ ਫੀਲਡ ਦੇ ਵਿੱਚ ਜਿਹੜੀ 2 ਨੰਬਰੀ ਟੈਡੀ ਆ ਉਹਨਾਂ ਦੀ ਨਸਲ ਇੰਪਰੂਵ ਹੋ ਸਕੇ। ਇਸ ਤੋਂ ਇਲਾਵਾ ਅਸੀਂ ਮੇਲ ਜਿਹੜੇ ਹੈ ਨੇ ਲੋਹੀ ਨਸਲ ਦੇ ਮੈਂਢੇ ਉਹ ਵੀ ਲੋਕਾਂ ਨੂੰ ਅਸੀਂ ਬਾਈ ਵੇਟ ਦੇ ਰਹੇ ਹਾਂ। ਫਿਰ ਜਿਹੜੇ ਸਾਹੀਵਾਲ ਨਸਲ ਦੀਆਂ ਗਾਈਆਂ ਵਾ ਉਹਨਾਂ ਦੀਆਂ ਵਿਹੜੀਆਂ ਵਾ ਉਹ ਅਸੀਂ ਨਿਲਾਮੀ ਦੇ ਵਿੱਚ ਲੋਕਾਂ ਨੂੰ ਦਿੰਦੇ ਹਾਂ ਤਾਂ ਕਿ ਆਉਣ ਵਾਲੀ ਉਹਨਾਂ ਦੀ ਨਸਲ ਬਿਹਤਰ ਹੋ ਜਾਏ। ਬਾਕੀ ਇੱਥੇ ਫੀਡ ਮੇਲ ਆ ਬਹੁਤ ਅੱਛੀ ਸਾਡੇ ਕੋਲ ਬਹਾਦਰ ਨਗਰ ਫਾਰਮ, ਅਲਹਮਦੁਲਿਲਾ ਅਸੀਂ ਬੜੀ ਕਾਮਯਾਬੀ ਦੇ ਨਾਲ ਤਕਰੀਬਨ 5 ਤੋਂ 6 ਕਰੋੜ ਪੈਦਾ ਵੰਡਾ ਹਰ ਮਹੀਨੇ ਤਿਆਰ ਹੁੰਦਾ। ਸਾਡੇ ਕੋਲ 8-10 ਸਾਡੀਆਂ ਗੱਡੀਆਂ ਜਿਹੜੀਆਂ ਰਾਊਂਡ ਦੀ ਕਲਾਕ ਚੱਲਦੀਆਂ, ਅਸੀਂ 22 ਲਾਈਫ ਸਟਾਕ ਫਾਰਮਾਂ ਦੀ ਗਜ਼ਾਈ ਜ਼ਰੂਰਤ ਪੂਰੀ ਕਰਦੇ ਹਾਂ। ਇਸ ਤੋਂ ਇਲਾਵਾ 4 ਜਿਹੜੇ ਚੋਲਸਤਾਨ ਦੇ ਫਾਰਮ ਨੇ ਉਹਨਾਂ ਦੇ ਵਿੱਚ ਵੀ ਸਾਡਾ ਵੰਡਾ ਜਾਂਦਾ ਜੀ।
ਜਿੰਨੇ ਵੀ ਟਾਸਕ ਦਿੱਤੇ ਗਏ ਨੇ ਅੱਜ ਤੱਕ ਬਹਾਦਰ ਨਗਰ ਨੂੰ, ਕੋਈ ਵੀ ਐਸਾ ਟਾਸਕ ਨਹੀਂ ਜਿਹੜਾ ਇਨ ਟਾਈਮ ਮੁਕੰਮਲ ਨਾ ਹੋਇਆ ਹੋਵੇ। ਸਾਡੇ ਜਾਨਵਰ ਖੂਬਸੂਰਤੀ ਦੇ ਵਿੱਚ ਝੰਗ ਵਾਲੇ ਮੇਲੇ ਤੋਂ ਅਸੀਂ 6 ਸਾਡੇ ਜਾਨਵਰ ਮੁਖਤਲਿਫ ਕਲਾਸਾਂ ਦੇ ਵਿੱਚ ਫਸਟ ਪ੍ਰਾਈਜ਼ ਲੈ ਕੇ ਆਏ ਨੇ, 2 ਸਾਡੇ ਜਾਨਵਰ ਸੈਕਿੰਡ ਪ੍ਰਾਈਜ਼ ਲੈ ਕੇ ਆਏ ਨੇ। ਇਸੇ ਤਰ੍ਹਾਂ ਹੀ ਬਫਲੋ ਰਿਸਰਚ ਸੈਂਟਰ ਦੇ ਵਿੱਚ, ਬਫਲੋ ਰਿਸਰਚ ਇੰਸਟੀਚਿਊਟ ਪਤੋਕੀ ਦੇ ਵਿੱਚ ਹੋਣ ਵਾਲੇ ਬਫਲੋ ਮੇਲੇ ਦੇ ਵਿੱਚ ਵੀ ਸਾਡੇ ਜਾਨਵਰਾਂ ਨੇ ਹਮੇਸ਼ਾ ਆਲਾ ਕਾਰਕਰਦਗੀ ਦਿਖਾਈ ਹੈ। ਬਾਕੀ ਸਾਡੇ ਯੂਨੀਵਰਸਿਟੀ ਲਈ ਇੱਕ ਬੜਾ ਚੈਲੇਂਜ ਸੀ ਕਿ ਸਾਡੀ ਆਪਣੇ ਪ੍ਰੋਫੈਸ਼ਨਲ ਜਿਹੜੇ ਨੇ ਉਹ ਇਹਨਾਂ ਜਾਨਵਰਾਂ ਨੂੰ ਹੈਂਡਲ ਕਰਨ ਅਤੇ ਇਹ ਸਾਰਾ ਕੁਛ ਨਾ ਇੰਪਰੂਵ ਕਰਨ, ਤਾਂ ਕਿ ਆਪਣੇ ਫਾਰਮਰਸ ਲਈ ਵੀ। ਉਹਦੇ ਲਈ ਅਸੀਂ ਉਹ ਸਾਰਾ ਆਪਣੇ ਸਟੂਡੈਂਟਸ ਲਈ ਵੀ ਪ੍ਰੈਕਟੀਕਲ ਅਪਰੋਚ ਉਹਨਾਂ ਨੂੰ ਦਿੱਤੀ, ਬਾਕੀ ਵੈਟ ਸਕੂਲ ਦੇ ਸਟੂਡੈਂਟਸ ਲਈ ਵੀ ਅਤੇ ਫਾਰਮਰਸ ਲਈ ਵੀ। ਬਾਕੀ ਜਿਹੜੀ ਪ੍ਰੈਕਟਿਸਿਸ ਇਸਤੇਮਾਲ ਹੁੰਦੀਆਂ ਨੇ ਉਹ ਟੋਟਲੀ ਸਾਡੇ ਕੋਲ ਜਿਹੜੀਆਂ ਨੇ ਬੜੀ ਆਟੋਮੈਟਿਕ ਪ੍ਰੈਕਟਿਸਿਸ ਦੇ ਐਡਵਾਂਸ ਨੇ। ਇੱਕ ਅਸੀਂ ਜਾਨਵਰਾਂ 'ਚ ਇਹਨਾਂ ਦੇ ਗਲੇ 'ਚ ਕਾਲਰ ਲੱਗੇ ਹੋਏ ਨੇ ਅਤੇ ਉਹ ਉਹਨਾਂ ਦਾ ਆਟੋਮੈਟਿਕ ਇੱਕ ਇਲੈਕਟ੍ਰੋਨਿਕ ਸਿਸਟਮ ਹੈ ਜਿਹੜਾ 24 ਘੰਟੇ ਜਾਨਵਰ ਕਿੰਨਾ ਦੇਰ ਖਾਂਦਾ ਹੈ, ਕਿੰਨਾ ਦੇਰ ਬਹਿੰਦਾ ਹੈ, ਕਿੰਨੀ ਦੇਰ ਉੱਠਦਾ ਹੈ, ਉਹ ਸਾਰਾ ਕੁਝ ਸਾਨੂੰ ਦੱਸਦਾ ਅਤੇ ਉਹਦੇ ਹਿਸਾਬ ਨਾਲ ਅਸੀਂ ਜਾਨਵਰਾਂ ਦੀ ਹੈਲਥ ਲਈ ਵੀ ਉਹਨੂੰ ਇੰਪਰੂਵ ਕਰਨੇ ਹਾਂ, ਬਿਮਾਰੀਆਂ ਤੋਂ ਵੀ ਬਚਾਉਂਦੇ ਹਾਂ। ਦੂਸਰਾ ਜਿਹੜੀ ਫੀਡਿੰਗ ਹੈ ਇਹਨਾਂ ਦੀ ਉਹ ਵੀ ਆਟੋਮੈਟਿਕ ਹੁੰਦੀ ਹੈ ਕਿ ਹਰ ਗਰੁੱਪ ਦੀ ਅਲੱਗਦਾ ਫੀਡ ਹੈ, ਜ਼ਿਆਦਾ ਦੁੱਧ ਵਾਲੇ ਦੀ ਅਲੱਗਦਾ ਹੈ, ਥੋੜ੍ਹੇ ਦੁੱਧ ਵਾਲੇ ਦੀ ਅਲੱਗਦਾ ਹੈ, ਛੋਟੇ ਬੱਚੇ ਦੀ ਅਲੱਗਦਾ ਹੈ, ਪ੍ਰੈਗਨੈਂਟ ਜਾਨਵਰ ਦੀ ਅਲੱਗਦਾ ਹੈ। ਉਹ ਅਸੀਂ TMR ਫੀਡਿੰਗ ਕਰਨੇ ਹਾਂ ਮਸ਼ੀਨ ਦੇ ਜ਼ਰੀਏ, 2 ਬੰਦੇ 200 ਐਨੀਮਲ ਦੀ ਆਰਾਮ ਨਾਲ ਫੀਡ 1/2 ਘੰਟੇ 45 ਮਿੰਟ 'ਚ ਕਰ ਲੈਂਦੇ ਨੇ, ਲੇਬਰ ਦੀ ਵੀ ਬੜੀ ਐਫੀਸ਼ੈਂਸੀ ਹੈ। ਤੀਸਰਾ ਸਾਡੀ ਜਿਹੜੀ ਇਹਨਾਂ ਦੀ ਚੁਆਈ ਹੈ, ਮਿਲਕਿੰਗ ਹੈ, ਉਹ ਟੋਟਲ ਆਟੋਮੈਟਿਕ ਹੈ, ਦੁੱਧ ਨੂੰ ਹੱਥ ਨਹੀਂ ਸਹੀ ਲੱਗਦਾ ਤਾਂ ਕਿ ਦੁੱਧ ਕੰਟੈਮੀਨੇਟ ਨਾ ਹੋਏ, ਖਰਾਬ ਨਾ ਹੋਏ। ਕੁਆਲਿਟੀ ਦੁੱਧ ਦੀ ਅਸੀਂ ਇਸ ਤਰ੍ਹਾਂ ਮੇਨਟੇਨ ਕਰਨੇ ਹਾਂ ਕਿ ਜਿਵੇਂ ਦੁੱਧ ਥਣਾਂ 'ਚੋਂ ਨਿਕਲੇਗਾ ਉਵੇਂ ਉਹ ਪੂਰੇ ਇੱਕ ਲਾਈਨ ਸਿਸਟਮ ਦੇ ਜ਼ਰੀਏ ਜਾ ਕੇ ਪੈਕਿੰਗ ਤੀਕਰ ਐਂਡ ਹੁੰਦਾ, ਤਾਂ ਕਿ ਦੁੱਧ ਜਿਹੜਾ ਕੰਜ਼ਿਊਮਰ ਤੀਕਰ ਪਹੁੰਚੇ ਉਹ ਬਿਲਕੁਲ ਹਾਈ ਕੁਆਲਿਟੀ ਦਾ ਦੁੱਧ ਹੋਏ, ਕਿਸੇ ਕਿਸਮ ਦੇ ਜਰਾਸੀਮ, ਕਿਸੇ ਕਿਸਮ ਦਾ ਮਸਲਾ ਨਾ ਹੋਏ। ਨਾਜ਼ਰੀਨ, ਤੁਸੀਂ ਅੱਜ ਬਹਾਦਰ ਨਗਰ ਫਾਰਮ ਉਕਾੜਾ ਇਹ ਮੁਕੰਮਲ ਤੌਰ 'ਤੇ ਦੇਖਿਆ, ਜਾਨਵਰ ਵੀ ਵੇਖੇ, ਬੜੇ ਸੋਹਣੇ ਜਾਨਵਰ ਵੇਖੇ ਅਤੇ ਮਾਹਰੀਨ ਦੇ ਨਾਲ ਗੱਲ ਵੀ ਕੀਤੀ। ਅਤੇ ਗੱਲ ਇਹੋ ਹੀ ਹੈ ਕਿ ਅਸੀਂ ਡੇਅਰੀ ਫਾਰਮ ਜਿਹੜੇ ਨੇ ਨਾ, ਜਿਸ ਤਰ੍ਹਾਂ ਮਾਹਰੀਨ ਦੱਸ ਰਹੇ ਨੇ ਇਸ ਤਰ੍ਹਾਂ ਹੀ ਬਣਾਉਣੇ ਨੇ, ਔਰ ਜਿਸ ਤਰ੍ਹਾਂ ਜਾਨਵਰਾਂ ਦੀ ਇਹਨਾਂ ਨੇ ਦੱਸਿਆ ਕਿੰਨੇ ਕੁ ਦਾਜ ਕਰਨੀ ਹੈ, ਵੇਲੇ ਸਿਰ ਟੀਕੇ ਲਵਾਉਣੇ ਨੇ ਔਰ ਸਫਾਈ ਸੁਥਰਾਈ ਦਾ ਇਹਨਾਂ ਦਾ ਖਿਆਲ ਰੱਖਣਾ। ਅਸੀਂ ਮੁਸਲਮਾਨ ਹਾਂ, ਸਫਾਈ ਨੇ ਸਿਰਫ ਇਮਾਨ ਹੈ, ਅਤੇ ਇਸ ਲਈ ਸਾਡੇ ਜਿਹੜੇ ਵਜ਼ੀਰ ਆਜ਼ਮ ਜਨਾਬ ਇਮਰਾਨ ਖਾਨ, ਉਹਨਾਂ ਦਾ ਵੀ ਵਿਜ਼ਨ ਇਹੋ ਹੀ ਹੈ ਕਿ ਅਸੀਂ ਜ਼ਿਆਦਾ ਜ਼ਿਆਦਾ ਕੱਟੇ ਪਾਲੀਏ ਅਤੇ ਨਾ ਸਿਰਫ ਮੁਲਕ ਦੇ ਵਿੱਚ ਜਿਹੜੀ ਪ੍ਰੋਟੀਨ ਦੀ ਕਮੀ ਹੈ ਉਹਨੂੰ ਪੂਰਾ ਕਰੀਏ, ਬਲਕਿ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੂੰ ਫਰੋਖਤ ਕਰਕੇ ਅਤੇ ਜ਼ਰੇ ਮੁਬਾਦਲਾ ਘੁਮਾਉਣਾ। ਅਸੀਂ ਇੱਕ ਵੱਡੀ ਕੌਮ ਹਾਂ, ਵੱਡੀ ਕੌਮ ਬਣਨ ਦਾ ਸਬੂਤ ਵੀ ਦੇਣਾ, ਜਿੱਥੇ ਅਸੀਂ ਕਾਸ਼ਤਕਾਰੀ ਕਰਨੇ ਹਾਂ ਉਹਦੇ ਨਾਲ ਨਾਲ ਅਸੀਂ ਡੰਗਰ ਵੀ ਪਾਲਣੇ ਨੇ। ਜਿਸ ਤਰ੍ਹਾਂ ਮਾਹਰੀਨ ਕਹਿ ਰਹੇ ਨੇ ਕਿ ਜਾਨਵਰ ਬੇਸ਼ੱਕ ਥੋੜ੍ਹੇ ਪਾਲ ਲਓ, ਬੇਸ਼ੱਕ ਜ਼ਿਆਦਾ ਨਾ ਪਾਲ ਲਓ, ਲੇਕਿਨ ਸੁਥਰੀ ਨਸਲ ਦੇ 2-3 ਜਾਂ 4 ਲੀਟਰ ਦੇਣ ਵਾਲਾ ਦੁੱਧ ਜਿਹੜਾ ਜਾਨਵਰ ਹੈ ਉਹਦੇ 'ਤੇ ਵੀ ਓਨਾ ਹੀ ਖਰਚਾ ਆਉਂਦਾ, ਅਤੇ ਕਿਉਂ ਨਾ ਅਸੀਂ ਉਹ ਜਾਨਵਰ ਜਿਹੜੇ ਪਾਲੀਏ ਉਹਨਾਂ ਜਾਨਵਰਾਂ ਦਾ ਇੰਤਖਾਬ ਕਰੀਏ ਜਿਨ੍ਹਾਂ ਤੋਂ ਜ਼ਿਆਦਾ ਪੈਦਾਵਾਰ ਮਿਲੇ। ਐਸੇ ਉਮੀਦ ਦੇ ਨਾਲ ਹੀ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਏਗਾ। ਅਗਰ ਲਾਈਫ ਸਟਾਕ ਦੇ ਹਵਾਲੇ ਨਾਲ ਕੋਈ ਵੀ ਮਸਲਾ ਮਿਸਾਇਲ ਹੈ ਤਾਂ ਹਕੂਮਤ ਨੇ ਤੁਹਾਡੇ ਵਾਸਤੇ ਬਿਲਕੁਲ ਮੁਫਤ ਹੈਲਪਲਾਈਨ ਦਾ ਬੰਦੋਬਸਤ ਕੀਤਾ ਹੈ। ਨੰਬਰ ਨੋਟ ਕਰ ਲਵੋ, 08092211। ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਬੇਲੀ।